ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਪਾਰ ਮੰਡਲ ਦੇ ਪ੍ਰਧਾਨ ਵਿਨੋਦ ਸੋਈ ਦੇ ਡਰਾਈਵਰ ਉੱਤੇ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਵਿਨੋਦ ਸੋਈ ਦਾ ਡਰਾਈਵਰ ਜਸਵੀਰ ਸਿੰਘ ਬੀਤੀ ਰਾਤ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਜਾਨਲੇਵਾ ਹਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਵਿਨੋਦ ਸੋਈ ਨੇ SSP ਫਿਰੋਜ਼ਪੁਰ ਨੂੰ ਤੁਰੰਤ FIR ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਮੈਂ ਜਸਵੀਰ ਸਿੰਘ ਪਿੰਡ ਮਲਵਾੜ ਕਦੀਮ ਤੋਂ, ਜੋ ਕਿ ਵਿਨੋਦ ਸੋਈ ਜੀ ਆਮ ਆਦਮੀ ਪਾਰਟੀ ਨਾਲ ਕੰਮ ਕਰਦਾ। ਕੱਲ੍ਹ ਜਦੋਂ ਮੈਂ ਕੰਮ ਤੋਂ ਆ ਰਿਹਾ ਸੀ ਜੀ, ਮੇਰੇ ਮਗਰ ਦੋ ਅਣਛਪਾਤੇ ਬੰਦੇ ਲੱਗੇ ਸੀ, ਜਦ ਕਿ ਸਰਕਟ ਹਾਊਸ ਦੇ ਕੋਲ ਜਦੋਂ ਮੈਂ ਆਇਆ ਜੀ, ਉਹਨਾਂ ਮੇਰੇ ਕਿਰਪਾਨਾਂ ਦੇ ਵਾਰ ਸ਼ੁਰੂ ਕਰ ਦਿੱਤੇ ਮਾਰਨੇ, ਤਾਂ ਕਿ ਮੈਂ ਘਬਰਾ ਕੇ ਡਿੱਗ ਪਿਆ ਔਰ ਉੱਪਰ ਫਿਰ ਹੋਰ ਉਹਨਾਂ ਕਿਰਪਾਨਾਂ ਮਾਰੀਆਂ ਮੇਰੇ 'ਤੇ, ਅਤੇ ਜਦ ਕਿ ਮਗਰ ਵਹੀਕਲ ਆ ਰਹੇ ਸੀ ਉਹਨੇ ਲਾਈਟਾਂ ਨਾਲ ਡਰ ਕੇ ਭੱਜ ਗਏ, ਅਤੇ ਜਾਂਦੇ ਜਾਂਦੇ ਮੈਨੂੰ ਕਹਿ ਗਏ ਵੀ ਚਲੋ ਫਿਰ ਦੇਖਾਂਗੇ, ਅਤੇ ਅਸੀਂ ਸੁਬਾਹ ਕੰਪਲੇਂਟ ਲਿਖਾਈ ਆ ਪਰ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਤੁਹਾਡੇ ਕਿੱਥੇ ਕਿੱਥੇ ਕਿਰਪਾਨਾਂ ਮਾਰੀਆਂ ਜੀ? ਪਹਿਲਾ ਵਾਰ ਮੇਰੇ ਉਹਨੇ ਪਿੱਛੇ ਮਾਰਿਆ ਜੀ, ਚੁਈ 'ਤੇ। ਵਿਖਾਉਣਾ ਜੀ, ਦੋ ਕਿਰਪਾਨਾਂ ਉਹਨਾਂ ਪਿੱਛੇ ਮਾਰੀਆਂ। ਹੋਰ ਜੀ, ਇੱਕ ਉਹਨਾਂ ਮੋਟਰਸਾਈਕਲ ਤੋਂ ਚਲਾਉਣ ਲੱਗਾ, ਗੋਡੇ 'ਤੇ ਦੋ ਕਿਰਪਾਨਾਂ ਮਾਰੀਆਂ ਜੀ। ਅੱਛਾ ਜੀ, ਹੋਰ? ਅਤੇ ਤੀਜੀ ਦੋ ਕਿਰਪਾਨਾਂ ਉਹਨਾਂ ਮੇਰੇ ਲਾਤੇ ਮਾਰੀਆਂ। ਅੱਛਾ, ਅਤੇ ਹੋਰ ਉਹਨਾਂ ਗੁੱਜੀ ਹਟਾਵੇ ਮਾਰ ਕੇ ਗਏ ਜੀ। ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ ਜੀ? ਮੈਨੂੰ ਸ਼ੱਕ ਤਾਂ ਕਿਸੇ 'ਤੇ ਨਹੀਂ ਹੈਗਾ, ਪਰ ਇੰਨਾ ਕਹਿ ਕੇ ਤੁਹਾਨੂੰ ਫਿਰ ਦੇਖਾਂਗੇ, ਜਾਂ ਤਾਂ ਕੋਈ ਪ੍ਰੈਕਟੀਕਲ ਕੋਈ ਲੱਗਦੀ ਇੰਨੇ 'ਚ ਗੇਮ, ਅਤੇ ਜਾਂ ਕੋਈ ਦੁਸ਼ਮਣੀ ਦਾ ਕੰਮ ਆਏ, ਪਰ ਮੈਨੂੰ ਕਿਸੇ 'ਤੇ ਸ਼ੱਕ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਮੂੰਹ ਬੰਨੇ ਸੀ ਅਤੇ ਕਾਲੇ ਕੱਪੜੇ ਪਾਏ ਸੀ, ਇਸ ਚੱਕਰ 'ਚ ਉਹਨਾਂ ਨੂੰ ਪਛਾਣ ਨਹੀਂ ਸਕਿਆ। ब्यूरो रिपोर्ट, दैनिक सवेरा टीवी। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਬਨ ਜਾਂ ਦੁਟੋਨਾ, ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।